ਹਾਂਜੀ ਸਵਾਗਤ ਹੈ ਪਿਆਰੀ ਵਿਦਿਆਰਥੀਓ ਇੱਕ ਵਾਰ ਫੇਰ ਤੁਹਾਡਾ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਆਪਾਂ ਇਹਨਾਂ ਵੀਡੀਓ ਦੀ ਇੱਕ ਲੜੀ ਬਣਾ ਰਹਿਆਂਗੇ ਠੀਕ ਹੈ ਇਸ ਲੜੀ ਦੇ ਵਿੱਚ 10ਵੀਂ ਜਮਾਤ ਵਿਸ਼ਾ ਪੰਜਾਬੀ ਦੇ ਟਰਮ 1 ਪੇਪਰ ਦੀ ਤਿਆਰੀ ਆਪਾਂ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਤੁਹਾਡੇ ਲਈ ਤਿੰਨ ਪਾਰਟ ਵੀਡੀਓਜ਼ ਦੇ ਬਣਾ ਚੁੱਕੇ ਜਿਦੇ ਵਿੱਚ ਆਪਾਂ ਤੁਹਾਡੀ ਸਾਹਿਤਮਾਲਾ ਪੁਸਤਕ ਦੇ ਕਾ ਭਾਗ ਠੀਕ ਹੈ ਤੇ ਵਾਰਤਕ ਭਾਗ ਨੂੰ ਹੱਲ ਕੀਤਾਗਾ ਵਨਗੀ ਭਾਗ ਦੇ ਵਿੱਚੋਂ ਆਪਾਂ ਕਹਾਣੀ ਭਾਗ ਤੁਹਾਡੇ ਲਈ ਹੱਲ ਕਰ ਚੁੱਕੇ ਠੀਕ ਹੈ ਅੱਜ ਆਪਾਂ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਡਾ ਜਿਹੜਾ ਵਨਗੀ ਪਾਠ ਪੁਸਤਕ ਵਨਗੀ ਦੇ ਵਿੱਚੋਂ ਇਕਾਂਗੀ ਭਾਗ ਹੱਲ ਕਰਾਂਗੇ ਠੀਕ ਹੈ ਇਸ ਭਾਗ ਦੇ ਜਿਹੜੇ ਐਮਸੀਕਿਊਜ਼ ਨੇ ਉਹ ਵਿਕਲਪੀ ਪ੍ਰਸ਼ਨ ਨੇ ਉਹਨਾਂ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਤਾਂ ਜੋ ਤੁਹਾਡੀ ਟਰਮ ਵੰਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਹੋ ਸਕੇ ਅਗਰ ਤੁਸੀਂ ਇਸ ਤੋਂ ਪਹਿਲਾਂ ਵਾਲੇ ਤਿੰਨ ਪਾਠ ਨਹੀਂ ਵੇਖੇ ਤਾਂ ਉਹਨਾਂ ਦੀ ਲਿੰਕ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੈਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉੱਤੇ ਜਾ ਕੇ ਤੁਸੀਂ ਉਹ ਪਾਰਟ ਵੀ ਵੇਖ ਸਕਦੇ ਹੋਗੇ ਉਹਨਾਂ ਪ੍ਰਸ਼ਨਾਂ ਦੀ ਤਿਆਰੀ ਵੀ ਕਰ ਸਕਦੇ ਹੋਗੇ ਤਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਸੁਚੇਤ ਕਰ ਦੇ ਵੀ ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਜਿਹੜੇ ਪ੍ਰਸ਼ਨ ਹੈਗੇ ਤੁਹਾਡੇ ਬਹੁਤ ਜਿਹੜੇ ਹੁਨ ਹਾਰ ਅਧਿਆਪਕ ਹੈਗੇ ਠੀਕ ਹੈ ਐਕਸਪੀਰੀਅੰਸ ਅਨੁਭਵ ਨਾਲ ਭਰਪੂਰ ਅਧਿਆਪਕ ਹੈਗੇ ਉਹਨਾਂ ਦੁਆਰਾ ਇਹ ਪ੍ਰਸ਼ਨ ਬਣਾਏ ਗਿਆਗੇ ਤਾਂ ਆਓ ਆਪਾਂ ਸ਼ੁਰੂ ਕਰਦੇ ਹਾਂਗੇ ਇਸ ਪਾਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਇਕਾਂਗੀ ਭਾਗ ਦੇ ਪ੍ਰਸ਼ਨਾਂ ਦੀ ਤਾਂ ਆਓ ਸਭ ਤੋਂ ਪਹਿਲਾਂ ਵੇਖਦੇ ਹਾਂਗੇ ਇਕਾਂਗੀ ਹੈ ਆਪਣੇ ਕੋਲ ਬੰਬ ਕੇਸ ਠੀਕ ਹੈ ਇਸ ਇਕਾਂਗੀ ਦੇ ਵਿੱਚੋਂ ਆਪਾਂ ਤੁਹਾਡੇ ਲਈ ਪ੍ਰਸ਼ਨਾਂ ਨੂੰ ਹੱਲ ਕਰਦੇ ਹਾਂਗੇ ਤਾਂ ਆਓ ਸਭ ਤੋਂ ਪਹਿਲਾ ਹੈ ਬੰਬ ਕੇਸ ਇਕਾਂਗੀ ਕਿਸ ਇਕਾਂਗੀਕਾਰ ਦੀ ਰਚਨਾ ਹੈ ਹਾਂਜੀ ਇਹ ਕਿਸ ਇਕਾਂਗੀਕਾਰ ਦੀ ਰਚਨਾ ਹੈ ਗੀ ਬਲਵੰਤ ਗਾਰਗੀ ਪ੍ਰਸ਼ਨ ਨੰਬਰ 2 ਬੰਬ ਕੇਸ ਇਕਾਂਗੀ ਦੇ ਮੁੱਖ ਪਾਤਰ ਦਾ ਨਾਮ ਦੱਸੋ ਹਾਂਜੀ ਬੰਬ ਕੀ ਸੀੜੀ ਕਾਂਗੀਏ ਦੇ ਵਿੱਚ ਮੁੱਖ ਪਾਤਰ ਹੋਣਾਗਾ ਵਜ਼ੀਰਾ ਪ੍ਰਸ਼ਨ ਨੰਬਰ 3 ਦੀ ਆਪਾਂ ਗੱਲ ਕਰੀਏ ਵਜ਼ੀਰਾ ਡੈਸ਼ ਦਾ ਕੰਮ ਕਰਦਾ ਸੀ ਹਾਂਜੀ ਵਜ਼ੀਰਾ ਕੀ ਕੰਮ ਕਰਦਾ ਸੀ ਤਰਖਾਨ ਦਾ ਪ੍ਰਸ਼ਨ ਨੰਬਰ 6 ਅਗੇ 64 ਠੀਕ ਹੈ ਆਪਾਂ ਇਸ ਲੜੀ ਦੇ ਕੋਡੀਆਂ ਚੱਲਦੇ ਆਂਗੇ 64 ਵਜ਼ੀਰੇ ਖਿਲਾਫ ਥਾਣੇਦਾਰ ਦੇ ਕੰਨ ਡੈਸ਼ ਨੇ ਭਰੇ ਸੀ ਹਾਂਜੀ ਵਜ਼ੀਰੇ ਖਿਲਾਫ ਥਾਣੇਦਾਰ ਨੂੰ ਕਿਹਨੇ ਭੜਕਾਇਆ ਸੀ ਸਿਪਾਹੀ ਨੇ ਠੀਕ ਹੈ ਜਿਹੜਾ ਉਹਦਾ ਸਿਪਾਹੀ ਸੀ ਉਸਨੇ ਵਜ਼ੀਰੇ ਵਜ਼ੀਰੇ ਖਿਲਾਫ ਥਾਣੇਦਾਰ ਦੇ ਕੰਨ ਪਰੇ ਸੀ ਪ੍ਰਸ਼ਨ ਨੰਬਰ 65 ਬੰਬ ਕੇਸੀ ਕਾਂਗੀ ਵਿੱਚ ਬੀਰਾਂਵਾਲੀ ਦੇ ਕਿੰਨੇ ਪੁੱਤਰ ਸਨ ਹਾਂ ਜਿਹੜੀ ਬੀਰਾਂਵਾਲੀ ਸੀ ਉਹਦੇ ਕੁੱਲ ਕਿੰਨੇ ਪੁੱਤਰ ਸੀ ਤਿੰਨ ਪ੍ਰਸ਼ਨ ਨੰਬਰ 66 ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ ਹਾਂਜੀ ਵਜ਼ੀਰਾ ਟਾਂਗੇ ਦੇ ਬੰਬ ਬਣਾਉਂਦਾ ਸੀ ਠੀਕ ਪ੍ਰਸ਼ਨ ਨੰਬਰ 67 ਜੀ ਚੋਰ ਨਾਲੋਂ ਚੋਰ ਦੀ ਮਾਂ ਚਤਰ ਹੁੰਦੀ ਹੈ ਕੁਝ ਨਹੀਂ ਦੱਸਣਾ ਇਸ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਇਹ ਸ਼ਬਦ ਕਿਹਨੇ ਕਹੇ ਸੀ ਇਹ ਸਿਪਾਹੀ ਨੇ ਕਹੇ ਸੀ ਕਿਸ ਨੂੰ ਕਹੇ ਸੀ ਥਾਣੇਦਾਰ ਨੂੰ ਨੰਬਰ 2 ਇਹ ਸ਼ਬਦ ਕਿਸ ਕੰਗੀ ਵਿੱਚੋਂ ਹਨ ਹਾਂਜੀ ਜਿਹੜੇ ਆਹ ਵਾਲੇ ਸ਼ਬਦ ਹੈਗੇ ਇਹ ਕਿਸ ਕੰਗੀ ਦੇ ਵਿੱਚੋਂ ਲੈ ਕੇ ਹੈਗੇ ਇਸ ਕੰਗੀ ਦਾ ਨਾਮ ਹੈਗਾ ਬੰਬਕਿਸ ਨੰਬਰ 3 ਉਪਰੋਕਤ ਵਾਰਤਾਲਾਪ ਵਿੱਚ ਕਿਹੜਾ ਪੂਰਨ ਵਿਸ਼ਰਾਮ ਚਿੰਨ ਵਰਤਿਆ ਗਿਆ ਹੈ ਹਾਂਜੀ ਇਹਦੇ ਵਿੱਚ ਦੇਖੋ ਵੀ ਕਿਹੜਾ ਪੂਰਨ ਵਿਸ਼ਰਾਮ ਚਿੰਨ ਵਰਤੇ ਗਿਆ ਹੈ ਠੀਕ ਦੰਡਿਆ ਤੇ ਪੁੱਠੇ ਕਾਵੇਂ ਤਾਂ ਲਾਸਟ অপਸ਼ਨ ਸੱਸਾ ਵਾਲੀ ਸਹੀ ਹੈ ਜੀ ਆਪਣੇ ਕੋਲ ਡੰਡੀ ਅਤੇ ਪੁੱਠੇ ਕਾਵੇਂ ਠੀਕ ਹੈ ਇਸ ਤੋਂ ਬਾਅਦ ਹੈ ਆਪਣੇ ਕੋਲ ਇਕਾਂਗੀ ਨਾਇਕ ਠੀਕ ਹੈ ਇਹਦੇ ਵਿੱਚੋਂ ਕੁਝ ਮਹੱਤਵਪੂਰਨ ਪ੍ਰਸ਼ਨ ਹੈਗੇ ਜਿਨ੍ਹਾਂ ਨੂੰ ਬਹੁਤ ਤੁਹਾਡੇ ਲਈ ਹਲਾ ਕਰਾਂਗੇ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸਮਝ ਨਾ ਗੱਤ ਆਂਦੇ ਨਾਲ ਤੇ ਨਾਲ ਨਾਲ ਕੋਸ਼ਿਸ਼ ਕਰਨੀ ਹੈ ਅਗਰ ਤੁਸੀਂ ਇਹਨਾਂ ਨੂੰ ਆਪਣੀਆਂ ਕਾਪੀਆਂ ਦੇ ਉੱਤੇ ਲਿਖ ਸਕੋ ਤਾਂ ਜੋ ਤੁਸੀਂ ਉੱਥੋਂ ਦੁਬਾਰਾ ਦੁਹਰਾਈ ਕਰ ਸਕੋ ਇਹਨਾਂ ਪ੍ਰਸ਼ਨਾਂ ਦੀ ਤਾਂ ਦੇਖੋ ਪਹਿਲਾ ਪ੍ਰਸ਼ਨ ਆਇਗਾ ਇਕਾਂਗੀ ਨਾਇਕ ਦੇ ਵਿੱਚੋਂ ਲੋੜ ਹੈ ਲੋੜ ਹੈ ਉਹਨਾਂ ਨਾਇਕਾਂ ਦੀ ਜੋ ਸਮੇਂ ਦੀਆਂ ਚੁਣੌਤੀਆਂ ਨੂੰ ਕਬੂਲ ਕਰਨ ਜੋ ਸੁਪਨਿਆਂ ਵਿੱਚ ਸਮਾ ਜਾਇਆ ਨਾ ਕਰਨ ਸਗੋਂ ਅਸਲੀਅਤ ਨੂੰ ਖੁੱਲੀਆਂ ਅੱਖਾਂ ਨਾਲ ਦੇਖਣ ਵਾਰਤਾਲਾਪ ਵਿੱਚ ਕਿਹੜੀਆਂ ਚੁਣੌਤੀਆਂ ਨੂੰ ਕਬੂਲ ਕਰਨ ਦੀ ਗੱਲ ਕੀਤੀ ਗਈ ਹੈ ਹਾਂਜੀ ਕਿਹੜੀਆਂ ਚੁਣੌਤੀਆਂ ਨੇ ਸਮੇਂ ਦੀਆਂ ਚੁਣੌਤੀਆਂ ਠੀਕ ਹੈ ਕਿਹੜੀਆਂ ਚੁਣੌਤੀਆਂ ਨੇ ਸਮੇਂ ਦੀਆਂ ਚੁਣੌਤੀਆਂ ਪ੍ਰਸ਼ਨ ਨੰਬਰ 69 ਹੈ ਆਪਣੇ ਕੋਲ ਪਿਤਾ ਅਤੇ ਪੁੱਤਰ ਵਿਚਕਾਰ ਈਰਖਾ ਨਫ਼ਰਤ ਅਤੇ ਗੁੱਸਾ ਨਹੀਂ ਬਲਕਿ ਵਿਚਾਰਾਂ ਦੀ ਟਕਰਾਅ ਸੀ ਬਾਕ ਵਿੱਚ ਆਏ ਈਰਖਾ ਨਫ਼ਰਤ ਗੁੱਸਾ ਕਿਸ ਪ੍ਰਕਾਰ ਦੇ ਨਾਮ ਸ਼ਬਦ ਨੇ ਹਾਂਜੀ ਇਹ ਕਿਹੜੇ ਨਾਮ ਸ਼ਬਦ ਨੇ ਵੀ ਭਾਵਵਾਚਕ ਸਾਡੀਆਂ ਭਾਵਨਾਵਾਂ ਨਾਲ ਜੁੜੇ ਹੋਏ ਸ਼ਬਦ ਨੇ ਭਾਵਵਾਚਕ ਨਾਮ ਪ੍ਰਸ਼ਨ ਨੰਬਰ 70 ਨਾਇਕ ਇਕਾਂਗੀ ਵਿੱਚ ਇਕਾਂਗੀ ਦਾ ਨਾਇਕ ਕਿਸ ਚੀਜ਼ ਦੀ ਪ੍ਰਾਪਤੀ ਦੇ ਲਈ ਪਟਕ ਰਿਹਾ ਸੀ ਹਾਂਜੀ ਕੀ ਦੀ ਪ੍ਰਾਪਤੀ ਦੇ ਵਿੱਚ ਪਟਕ ਰਿਹਾ ਸੀ ਉਸ ਨੂੰ ਨੌਕਰੀ ਦੀ ਪਾਲ ਸੀ ਨੰਬਰ 71 ਨਹੀਂ ਇਹ ਗੱਲ ਨਹੀਂ ਹੈ ਨਹੀਂ ਮੈਂ ਆਪਣੇ ਪੈਰਾਂ ਉੱਤੇ ਖਲੋਣਾ ਚਾਹੁੰਦਾ ਹਾਂ ਉਪਰੋਕਤ ਸ਼ਬਦਾਂ ਵਿੱਚ ਬੋਲਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ ਹਾਂਜੀ ਕਿਹੋ ਜਿਹਾ ਜਾਪਦਾਗਾ ਸਵੈ ਵਿਸ਼ਵਾਸ ਵਾਲਾ ਪ੍ਰਸ਼ਨ ਨੰਬਰ 72 ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ਹਾਂਜੀ ਕਿੰਨੇ ਰੂਪਾਂ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਂਦਾ ਹੈਗਾ ਤਿੰਨ ਰੂਪਾਂ ਦੇ ਵਿੱਚ ਨੰਬਰ 73 ਜੱਜ ਪੁੱਤਰ ਨੂੰ ਕਿੰਨੀ ਸਜ਼ਾ ਸੁਣਾਉਂਦਾ ਹੈ ਹਾਂਜੀ ਕਿੰਨੀ ਸਜ਼ਾ ਸੁਣਾਉਂਦਾ ਹੈਗਾ ਵੀ 1 ਸਾਲ ਦੀ ਪ੍ਰਸ਼ਨ ਨੰਬਰ 74 ਸੂਤਰ ਧਾਰ ਅਨੁਸਾਰ ਕਿਹੜਾ ਝਗੜਾ ਮੁੱਕਦਾ ਨਹੀਂ ਹਾਂਜੀ ਕਿਹੜਾ ਝਗੜਾ ਨਹੀਂ ਮੁੱਕਦਾ ਵੀ ਕਚਹਿਰੀਆਂ ਦਾ ਜਿਹੜੇ ਝਗੜੇ ਕਚਹਿਰੀਆਂ ਵਿੱਚ ਚਲੇ ਜਾਂਦੇ ਨੇ ਉਹ ਜਲਦੀ ਜਲਦੀ ਮੁੱਕਦੇ ਨਹੀਂ ਇਸ ਤੋਂ ਬਾਅਦ ਅਗਲੀ ਕਾਂਗੀ ਹੈ ਆਪਣੇ ਕੋਲ ਸਮੁੰਦਰੋਂ ਪਾਰ ਆਓ ਇਸੇ ਕਾਂਗੇ ਦੇ ਬਹੁਤ ਮਹੱਤਵਪੂਰਨ ਪ੍ਰਸ਼ਨਾਂ ਵੇਖਦੇ ਹਾਂ ਕਿਹੜੇ-ਕਿਹੜੇ ਪ੍ਰਸ਼ਨ ਇਹਦੇ ਵਿੱਚ ਤੇ ਇਹਦੇ ਵਿੱਚੋਂ ਅਗਰ ਗੱਲ ਕਰੀਏ ਤਾਂ 75 ਨੰਬਰ ਪ੍ਰਸ਼ਨ ਹੈ ਸੁਖਦੇਵ ਬਾਜਵਾ ਦੇ ਇੰਗਲੈਂਡ ਰਹਿੰਦੇ ਭਰਾ ਦਾ ਨਾਮ ਕੀ ਨਾਮ ਸੀ ਹਾਂਜੀ ਕੀ ਨਾਮ ਸੀ ਇਹਦਾ ਵੀ ਹਰਦੇਵ ਬਾਜਵਾ ਪ੍ਰਸ਼ਨ ਨੰਬਰ 76 ਮਰਸੀ ਅਤੇ ਸਰਨਜੀਤ ਸਰਨਜੀਤ ਨਾਲ ਧੋਖਾ ਕਿਸ ਨੇ ਕੀਤਾ ਅਨਿਕ ਨੇ ਦਿੱਤੀ ਹਰਦੇਵ ਬਾਜਵਾਨੀ ਪ੍ਰਸ਼ਨ ਨੰਬਰ 77 ਕਹਾਣੀਆਂ ਤੇ ਕਾਂਗੀਆਂ ਦਸਵੀਂ ਦੀ ਕਿਹੜੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹਨ ਹਾਂਜੀ ਇਸ ਪਾਠ ਪੁਸਤਕ ਦਾ ਨਾਮ ਹੈਗਾ ਪਾਠ ਪੁਸਤਕ 1 ਨੰਬਰ 78 ਵਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਪਿੱਛੇ ਭਾਰਤ ਵਿੱਚ ਰਹਿੰਦੇ ਸਕੇ ਸੰਬੰਧੀਆਂ ਦੀ ਪ੍ਰਵਾਹ ਨਹੀਂ ਕਰਦੇ ਵਰਤੋਂ ਦੇ ਆਧਾਰ ਉੱਤੇ ਇਹ ਵਾਕ ਦੀ ਕਿਹੜੀ ਕਿਸਮ ਹੈ ਹਾਂਜੀ ਇਹ ਵਾਕ ਦੀ ਕਿਹੜੀ ਕਿਸਮ ਹੈਗੀ ਨਾਵਾਚਕ ਠੀਕ ਹੈ ਪ੍ਰਵਾਹ ਨਹੀਂ ਕਰਦੇ ਨਾਵਾਚਕ ਪ੍ਰਸ਼ਨ ਨੰਬਰ 79 ਮਰਸੀ ਕਿਹੋ ਜਹੀ ਕੁੜੀ ਸੀ ਹਾਂਜੀ ਕਿਹੋ ਜੀ ਕੁੜੀ ਸੀ ਮਾਸੂਮ ਤੇ ਸਾਊ ਮਰਸੀ ਮਾਸੂਮ ਤੇ ਸਾਊ ਕੁੜੀ ਸੀ ਹਾਂਜੀ ਅਗਲੀ ਕਾਂਗੀ ਦਾ ਨਾਮ ਆਪਣਾ ਜ਼ਫਰਨਾਮਾ ਨੰਬਰ 80 ਡੈਸ਼ ਔਰਿੰਗ ਜੇਬ ਦਾ ਆਲਾ ਅਹਲਕਾਰ ਸੀ ਹਾਂਜੀ ਕੀ ਨਾਮ ਸੀ ਇਸ ਦਾ ਅਸਦ ਖਾਨ ਪ੍ਰਸ਼ਨ ਨੰਬਰ 81 ਔਰਿੰਗ ਜੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ ਸੀ ਹਾਂਜੀ ਕਿਹਨੇ ਲਿਖਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸ਼ਨ ਨੰਬਰ 82 ਜਿੰਤ ਉਨ ਨੀਸਾ ਨਾਮ ਵਿੱਚ ਕਿਹੜਾ ਵਿਸ਼ਰਾਮ ਚਿੰਨ ਵਰਤਿਆ ਗਿਆ ਹੈ ਹਾਂਜੀ ਇਹਦੇ ਵਿੱਚ ਕਿਹੜਾ ਵਿਸ਼ਰਾਮ ਚਿੰਨ ਵਰਤਿਆ ਗਿਆ ਵੀ ਜੋੜ ਨਹੀਂ ਠੀਕ ਹੈ ਆ ਦੇਖੋ ਇੱਥੇ ਕਿਹੜੇ ਵਿਸ਼ਰਾਮ ਚਿੰਨ੍ਹ ਨੇ ਜੋੜ ਨਹੀਂ ਪ੍ਰਸ਼ਨ ਨੰਬਰ 83 ਜ਼ਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹਾਂਜੀ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਫਾਰਸੀ ਦੇ ਵਿੱਚ ਪ੍ਰਸ਼ਨ ਨੰਬਰ 84 ਸਿੱਖ ਮਰਾਠੇ Rajput ਸੰਤ ਸਾਧੂ ਸ਼ੀਆ ਸੂਫੀ ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ ਇਸ ਬਾਕ ਵਿੱਚ ਕਿਸ ਦੀ ਹਕੂਮਤ ਤੋਂ ਦੁਖੀ ਹੋਣ ਦੀ ਗੱਲ ਕੀਤੀ ਗਈ ਹੈ ਔਰੰਗਜ਼ੇਬ ਦੀ ਹਕੂਮਤ ਤੋਂ ਪ੍ਰਸ਼ਨ ਨੰਬਰ 85 ਅਸ਼ੋਕ ਅਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਨੂੰ ਕਿਵੇਂ ਪੱਕੀਆਂ ਕੀਤਾ? ਹਾਂਜੀ ਕਿਵੇਂ ਪੱਕੀਆਂ ਕੀਤਾ ਸੀ? ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਠੀਕ ਹੈ ਕਿਉਂਕਿ ਉਹ ਲੋਕਾਂ ਦੀ ਭਲਾਈ ਦੇ ਲਈ ਪਰਜਾ ਦੀ ਭਲਾਈ ਦੇ ਲਈ ਸ਼ਾਸਨ ਕਰਦੇ ਸੀ। ਨੰਬਰ 86 ਜ਼ਫਰਨਾਮਾ ਇਕਾਂਗੀ ਪੜਨ ਤੋਂ ਬਾਅਦ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਇੱਕ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾਗਾ ਹਾਂਜੀ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਰਾਜਾ ਉਹ ਨਿਆ ਪਸੰਦ ਹੋਣਾ ਚਾਹੀਦਾਗਾ ਤੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਹੋਣਾ ਚਾਹੀਦਾਗਾ ਪ੍ਰਸ਼ਨ ਨੰਬਰ 87 ਰਹਿਵਰੀ ਸ਼ਬਦ ਦਾ ਕੀ ਅਰਥ ਹੈ ਜੀ ਰਹਿਵਰੀ ਸ਼ਬਦ ਦਾ ਕੀ ਅਰਥ ਹੈ ਅਗਵਾਈ ਕਰਨਾ ਹਾਂਜੀ ਅਗਲੀ ਕਾਂਗੀ ਹੈ ਆਪਣੀ ਦੂਜਾ ਵਿਆ ਇਸ ਦੀ ਕਾਂਗੀ ਦੇ ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਦੇਖਦੇ ਆ ਕਿਹੜੇ ਕਿਹੜੇ ਨੇ ਆਪਣੇ ਕੋਲ ਤਾਂ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 88 ਸੰਤ ਸਿੰਘ ਸੇਖੋਂ ਦਾ ਇਕਾਂਗੀ ਦੂਜਾ ਵਿਆ ਕਿਸ ਦਾ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕਰਦਾ ਹੈ ਹਾਂਜੀ ਭਾਰਤੀ ਸਭਿਆਚਾਰ ਦਾ ਪ੍ਰਸ਼ਨ ਨੰਬਰ 91 ਕਿਸ ਰਾਜ ਵਿੱਚ ਸਿੱਖਿਆ ਸੰਚਾਰ ਸਾਹਿਤ ਰਚਨਾ ਕਰਨ ਲਈ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਾਂਜੀ ਕਿਹੜੀ ਭਾਸ਼ਾ ਵਰਤੀ ਜਾਂਦੀ ਹੈਗੀ ਸਾਹਿਤਕ ਭਾਸ਼ਾ ਪ੍ਰਸ਼ਨ ਨੰਬਰ 90 ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਸਰਦਾਰ ਬਨਣ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ ਠੀਕ ਹੈ ਤਾਂ ਹੁਣ ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਗਿਆ ਉਪਰੋਕਤ ਇਹਨਾਂ ਲਾਈਨਾਂ ਦੇ ਵਿੱਚੋਂ ਸਰਦਾਰ ਸਰਦਾਰ ਬਨਣ ਵੇਲੇ ਤੱਕ ਬਾਪੂ ਜੀ ਦੇ ਕਿੰਨੇ ਬੱਚੇ ਸਨ ਜੀ ਕਿੰਨੇ ਬੱਚੇ ਸੀ ਦੋ ਠੀਕ ਹੈ ਮੈਂ ਤੇ ਹਾਂਜੀ ਦੋ ਬੱਚੇ ਸੀ ਬਾਪੂ ਜੀ ਨੇ ਕਿਸ ਨੁਕਤੇ ਦੇ ਮੱਦੇ ਨਜ਼ਰ ਦੂਜਾ ਵਿਆਹ ਕਰਵਾਇਆ ਹਾਂਜੀ ਸਿਪਾਹੀ ਦੇਖੋ ਕਿਹੜਾ ਨੁਕਤਾ ਸੀ ਵੀ ਫੌਜੀ ਨੁਕਤੇ ਤੋਂ ਹਾਂ ਫੌਜੀ ਨੁਕਤੇ ਤੋਂ ਠੀਕ ਹੈ ਆ ਦੇਖੋ ਇੱਥੇ ਨੈਕਸਟ ਪ੍ਰਸ਼ਨ ਨੰਬਰ 3 ਬਾਪੂ ਜੀ ਦਾ ਵਿਆਹ ਕਦੋਂ ਹੋਇਆ ਹਾਂਜੀ ਬਾਪੂ ਜੀ ਦਾ ਵਿਆਹ ਕਦੋਂ ਹੋ ਗਿਆ ਸੀ ਦੇਖੋ ਇਹਦੇ ਵਿੱਚ ਆਪਾਂ ਠੀਕ ਹੈ ਸਿਪਾਹੀ ਭਰਤੀ ਹੋਣ ਤੋਂ ਬਾਅਦ ਸਪਾਹੀ ਭਰਤੀ ਖੋਣ ਦੇ ਪ੍ਰਸ਼ਨ ਨੰਬਰ 91 ਨਿਹਾਲ ਕੌਰ ਮਨਜੀਤ ਦੀ ਕੀ ਲਗਦੀ ਸੀ ਹਾਂਜੀ ਕੀ ਲਗਦੀ ਸੀ ਸੱਸ ਨਿਹਾਲ ਕੌਰ ਮਨਜੀਤ ਦੀ ਸੱਸ ਸੀ ਨੰਬਰ 92 ਨਿਹਾਲ ਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਹਾਂਜੀ ਕਿਹਨੂੰ ਦਿੰਦੀ ਹੈਗੀ ਮਨਜੀਤ ਕੌਰ ਨੂੰ ਪ੍ਰਸ਼ਨ ਨੰਬਰ 93 ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ ਹਾਂਜੀ ਕਿੰਨੇ ਬੱਚੇ ਨੇ ਦੋ ਤੀਆਂ ਠੀਕ ਹੈ ਤਾਂ ਇਹ ਤੁਹਾਡੇ ਪ੍ਰਸ਼ਨ ਸੀ ਇਕਾਂਗੀ ਭਾਗ ਦੇ ਵਿੱਚੋਂ ਠੀਕ ਹੈ ਤੁਹਾਡੀ ਪਾਠ ਪੁਸਤਕ ਬਣ ਗਈ ਤੇ ਉਹਦੇ ਵਿੱਚ ਇੱਕ ਭਾਗ ਹੈ ਇਕਾਂਗੀ ਭਾਗ ਠੀਕ ਹੈ ਇਹਨਾਂ ਦੇ ਵਿੱਚੋਂ ਬਹੁਤ ਜਿਹੜੇ ਮਹੱਤਵਪੂਰਨ ਪ੍ਰਸ਼ਨ ਸੀ ਉਹ ਤੁਹਾਡੇ ਅਧਿਆਪਕ ਸਹਿਬਾਨ ਦੁਆਰਾ ਤੁਹਾਡੇ ਲਈ ਬਣਾਏ ਗਏਗੇ ਤਾਂ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਯਾਦ ਕਰਨਾਗਾ ਸਮਝਣਾਗਾ ਤੇ ਕੋਸ਼ਿਸ਼ ਕਰਨੀ ਆਪਣੀਆਂ ਕਾਪੀਆਂ ਤੇ ਸਾਰੇ ਪ੍ਰਸ਼ਨ ਲਿਖੇ ਜਾਣ ਤਾਂ ਜੋ ਸਾਡਾ ਟਰਮ ਜਿਹੜੀ 1 ਦੇ ਵਿੱਚ ਪੇਪਰ ਆਣਾ ਟਰਮ 1 ਦੇ ਜਿਹੜੇ ਆਪਣੇ ਪੇਪਰ ਹੋਣੇ ਹੈਗੇ ਉਹਨਾਂ ਲਈ ਆਪਣੀ ਵਧੀਆ ਢੰਗ ਦੀ ਤਿਆਰੀ ਹੋ ਸਕੇ ਤੇ ਸਾਡੇ ਉਹਦੇ ਵਿੱਚੋਂ ਬਹੁਤ ਚੰਗੇ ਅੰਕ ਆ ਜਿਹੜੇ ਉਹ ਆ ਸਕਣ ਠੀਕ ਹੈ ਜਲਦੀ ਆਪਾਂ ਇਸ ਵੀਡੀਓ ਤੋਂ ਬਾਅਦ ਤੁਹਾਡੇ ਲਈ ਜਿਹੜਾ ਤੁਹਾਡਾ ਨਾਵਲ ਹੈ ਠੀਕ ਹੈ ਇੱਕ ਹੋਰ ਨਵਾਂ ਸਾਲ ਨਰਿੰਜਨ ਤਸਨੀਮ ਦਾ ਲਿਖਿਆ ਹੈ ਉਸ ਨੂੰ ਆਪਾਂ ਤੁਹਾਡੇ ਲਈ ਜਲਦੀ ਹੱਲ ਕਰਾਂਗੇ ਤਦ ਤੱਕ ਲਈ ਤੁਸੀਂ ਇਹਨਾਂ ਚਾਰ ਪਾਰਟ ਜਿਹੜੇ ਪਾਰਟ ਆਪਾਂ ਬਣਾ ਚੁੱਕੇ ਠੀਕ ਹੈ ਦੋ ਸਾਈਤਮਾਲੇ ਦੇ ਠੀਕ ਹੈ ਤੇ ਦੋ ਤੁਹਾਡੇ ਵਨਗੀ ਪਾਗ ਦੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਵੇਖੋ ਤੇ ਇਹਨਾਂ ਪ੍ਰਸ਼ਨ ਨੂੰ ਸਮਝੋ ਲਿਖੋ ਅਤੇ ਯਾਦ ਕਰੋ ਠੀਕ ਹੈ ਓਕੇ ਬੇਟਾ ਧੰਨਵਾਦ